ਅੱਜ ਬਰਨਾਲਾ ਵਿਖੇ ਪਿੰਡ ਧੋਲਾ ਵਿੱਚ ਪਿੰਡ ਦੇ ਲੋਕਾਂ ਵੱਲੋਂ ਸੰਪੂਰਨ ਤੌਰ 'ਤੇ ਹੋਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦਾ ਬਾਈਕਾਟ ਕਰ ਦਿੱਤਾ ਗਿਆ। ਇਸ ਮੌਕੇ 'ਤੇ ਬੋਲਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਡੇਰਾ ਪ੍ਰੇਮੀਆਂ ਦੇ ਲੋਕਾਂ ਨੂੰ ਸੀਟਾਂ ਦੀਆਂ ਟਿਕਟਾਂ ਵੰਡੀਆਂ ਹਨ, ਜਿਸ ਦਾ ਪਿੰਡ ਦੇ ਲੋਕ ਵਿਰੋਧ ਕਰਦੇ ਹਨ। ਇਸ ਲਈ ਸਾਰੇ ਹੀ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਵੋਟਾਂ ਨਾ ਪਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਪਿੰਡ ਦਾ ਕੋਈ ਵਿਅਕਤੀ ਵੋਟ ਪਾਉਣ ਨਹੀਂ ਜਾ ਰਿਹਾ। ਜੋ ਅੱਜ ਦਾ ਅਸੀਂ ਧਰਨਾ ਲਾਇਆ ਕਿ ਅਸੀਂ ਇੱਕ ਪੰਥ ਮੋਰਚੇ ਦੇ ਲਈ ਲਾਇਆ, ਕਿਉਂਕਿ ਜੋ ਪਿਛਲੇ ਸਮੇਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਉਹ ਬੇਅਦਬੀ ਨੂੰ ਮੁੱਖ ਰੱਖਦੇ ਹੋਏ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਧੌਲੇ ਦੀ ਸੰਗਤ ਨੇ ਵੋਟਾਂ ਦਾ ਬਿਲਕੁਲ ਬਾਈਕਾਟ ਕੀਤਾ, ਕਿਸੇ ਵੀ ਪਾਰਟੀ ਨੂੰ ਅਸੀਂ ਵੋਟ ਨਹੀਂ ਪਾ ਰਹੇ। ਸਾਰਾ ਨਗਰ ਇਕਜੁੱਟ ਹੋ ਕੇ ਇਸ ਧਰਨੇ ਦਾ, ਇਸ ਰੋਸ ਮਾਰਚ ਦਾ ਸਮਰਥਨ ਕਰ ਰਿਹਾ ਅਸੀਂ, ਕਿਉਂਕਿ ਸਾਡੇ ਵੀ ਸੱਤ ਬੂਥ ਜਿਹੜੇ ਨੇ, ਸੱਤ ਬੂਥ ਲਾਏ ਹੋਏ ਨੇ, ਉਹ ਸਾਰੇ ਇਹਨਾਂ ਦੇ ਸਾਂਝੇ ਲਾਏ ਹੋਏ ਨੇ, ਅਕਾਲੀ ਅਤੇ ਕਾਂਗਰਸੀਆਂ ਦੇ ਰਲ ਮਿਲ ਕੇ ਬੂਥ ਲਾਏ ਹੋਏ ਨੇ, ਕਿਉਂਕਿ ਕੋਈ ਵੀ ਬੰਦਾ ਵੋਟ ਪੋਲਿੰਗ ਕਰਨੀ ਆ ਰਿਹਾ ਇਹ ਸਾਂਝੇ ਤੌਰ 'ਤੇ, ਕਿਉਂਕਿ ਇਹਨਾਂ ਜਿਹੜੇ ਆਪਦੇ ਬੰਦੇ ਸੀ ਉਹ ਵੀ ਸਾਰੇ ਪੋਲਿੰਗਾਂ ਤੋਂ ਲੈ ਕੇ ਸਾਰੇ ਭੱਜ ਚੁੱਕੇ ਹਨ, ਕਿਸੇ ਨੂੰ ਧੱਕੇ ਨਾਲ ਪੋਲਿੰਗਾਂ 'ਤੇ ਬਿਠਾ ਰਹੇ ਹਨ, ਕੋਈ ਬੈਠਣ ਨੂੰ ਤਿਆਰ ਨਹੀਂ ਹੈਗਾ, ਅਤੇ ਆਪਸ ਮੇਂ ਰਲੇ ਹੋਏ ਹਨ। ਅਤੇ ਅਸੀਂ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਬੇਅਦਬੀ ਤੌਰ 'ਤੇ ਇਹਨਾਂ ਨੇ ਪ੍ਰੀਮੀਅਮ ਟਿਕਟਾਂ ਦੇ ਕੇ ਨਵਾਜਿਆ ਕਾਂਗਰਸ ਪਾਰਟੀ ਨੇ, ਅਕਾਲੀ ਦੇ ਕਾਂਗਰਸੀ ਦੋਨੇ ਰਲੇ ਹੋਏ ਨੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ। ਅਸੀਂ ਬੇਅਦਬੀ ਨੂੰ ਮੁੱਖ ਰੱਖਦੇ ਹੋਏ ਇਹ ਸ਼ਾਂਤਮਈ ਤਰੀਕੇ ਦੇ ਨਾਲ ਇਹ ਰੋਸ ਮਾਰਚ ਧਰਨਾ ਲਾਇਆ ਹੋਇਆ।